السلام عليكم يا أهل القبور، السلام عليكم يا أهل القبور. بسم الله الرحمن الرحيم، اللهم صل على محمد وعلى آل محمد كما صليت على إبراهيم وعلى آل إبراهيم إنك حميد مجيد، اللهم بارك على محمد وعلى آل كما باركت على إبراهيم وعلى آل إبراهيم إنك حميد مجيد. قل هو الله أحد، الصمد، لم يلد ولم يولد، بسم الله الرحمن الرحيم. الحمد لله رب العالمين، الرحمن الرحيم، مالك يوم الدين، إياك نعبد وإياك نستعين. السلام عليكم يا أهل القبور، السلام عليكم يا أهل القبور. ہاں جی، السلام علیکم. تے کی حال چال ہے جی تہاڈے سب دا؟ امید کرنی ہے کہ تسی سب ہوو گے خیریت دے نال. تے میں جی آئی ہاں اپنی امی دی قبر تے امی نوں ملن واسطے. میں روز ویڈیوز وچ ویکھنی ہاں کہ کدھرے کوئی نہ کوئی بھین بھراواں نال یا اپنے ماں باپ نال گلاں کر رہا ہوندا ہے یا اپنے بچیاں دے نال. تے میں کل بیٹھی سوچدی ساں بھی کس طرح دی ویڈیوز بناواں، ਕਿਹਦੇ ਨਾਲ ਗੱਲਾਂ ਕਰਾਂ. ਮਾਂ ਬਾਪ ਹੈ ਨਹੀਂ, ਔਲਾਦ ਨਹੀਂ, ਔਰ ਭਰਾ ਵੇ ਉਹ ਦੂਰ ਹੈ ਬੜਾ, ਅਤੇ ਜਿਉਂਦੇ ਰਹਿਣ ਉਹਦੇ ਬੱਚੇ. ਅਤੇ ਆਪਣੇ ਘਰ ਦੇ ਵਿੱਚ ਕੋਈ ਹੋਏ ਤਾਂ ਬੰਦਾ ਉਹਦੇ ਨਾਲ ਬੋਲਦਾ ਗੱਲ ਕਰਦਾ ਵੀ ਚੰਗਾ ਲੱਗਦਾ. ਅਤੇ ਮੈਂ ਕਿਹਾ ਜੀ ਅੱਜ ਚੱਲਣੇ ਆ ਅੰਮੀ ਜੀ ਕੋਲ, ਔਰ ਰੂਹਾਂ ਸੁਣਦੀਆਂ ਨੇ. ਅਤੇ ਮੈਂ ਵੀ ਇੱਥੇ ਆਪਣੀ ਮਾਂ ਕੋਲ ਬਹਿ ਕੇ ਚਾਰ ਗੱਲਾਂ ਕਰਾਂ ਉਹਦੇ ਨਾਲ, ਅਤੇ ਉਹਨੂੰ ਸੁਣਾਵਾਂ ਆਪਣਾ ਹਾਲ ਕਿ ਮਾਂ ਮੇਰੀ ਇਹ ਜ਼ਿੰਦਗੀ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਗੁਜ਼ਰ ਰਹੀ ਹੈ. ਹਾਰ ਦਿੱਤੇ ਸਨ ਜੀ ਦੁਕਾਨ ਵਾਲਿਆਂ ਨੇ, ਉਹ ਅਸੀਂ ਰਿਕਸ਼ੇ 'ਚ ਭੁੱਲ ਆਏ. ਉਹ ਭਾ ਰਫੀਕ ਹੁਣ ਲੈ ਕੇ ਆਏ ਨੇ, ਉਹ ਵੀ ਇੱਥੇ ਖਲੋਤੇ ਅੰਮੀ ਦੀ ਕਬਰ 'ਤੇ ਫਾਤਿਹਾ ਪੜ੍ਹ ਰਹੇ ਨੇ. ਅਤੇ ਬਸ ਇਹੋ ਕੁਛ ਹੀ ਰਹਿ ਜਾਂਦਾ ਸਾਡੇ ਸਾਰਿਆਂ ਦੇ ਕੋਲ, ਪਿਆਰੇ ਦੁਨੀਆ ਤੋਂ ਚਲੇ ਜਾਂਦੇ ਨੇ ਅਤੇ ਫਿਰ ਉਹਨਾਂ ਦੀ ਕਬਰਾਂ 'ਤੇ ਜਾ ਕੇ ਉਹਨਾਂ ਨੂੰ ਹਾਲ ਸੁਣਾਈਦੇ ਨੇ. ਜਦੋਂ ਜਿਉਂਦੇ ਹੁੰਦੇ ਨੇ ਉਦੋਂ ਸੁਣਾਉਣ ਦਾ ਹੌਸਲਾ ਨਹੀਂ ਪੈਦਾ ਹੁੰਦਾ ਕਿ ਕੋਈ ਦੁੱਖ ਤਕਲੀਫ ਆ ਜਾਏ ਤਾਂ ਮਾਂ ਪਿਓ ਨੂੰ ਕਿਵੇਂ ਸੁਣਾਈਏ. ਅਤੇ ਜਦੋਂ ਦੁਨੀਆ ਤੋਂ ਟੁਰ ਜਾਂਦੇ ਨੇ ਤਾਂ ਫਿਰ ਦਿਲ ਕਰਦਾ ਕਿ ਹਾਏ ਕਿੱਧਰੋਂ ਆ ਜਾਂਦੇ ਆ ਕੇ ਸੁਣ ਲੈਣ. ਅਤੇ ਸਹੀ ਕਹਿੰਦੇ ਨੇ ਕਿ ਮਰਹੂਮੀਨ ਜਿਹੜੇ ਨੇ ਉਹ ਸੁਣਦੇ ਨੇ, ਰੂਹਾਂ ਸੁਣਦੀਆਂ ਨੇ. ਮੈਂ ਕਿਹਾ ਮੈਂ ਵੀ ਅੱਜ ਆ ਕੇ ਮਾਂ ਨਾਲ ਗੱਲਾਂ ਕਰਕੇ ਆਵਾਂ ਕਿ ਮਾਂ ਮਾਂ ਦੁਨੀਆ ਬੜਾ ਕੁਛ ਕਹਿ ਜਾਂਦੀ ਹੈ, ਦਿਲ ਤੋੜ ਕੇ ਰੱਖ ਦਿੰਦੀ ਹੈ, ਪਰ ਕੋਈ ਕਿਸੇ ਦੇ ਦੁੱਖ ਨੂੰ ਸਮਝ ਨਹੀਂ ਸਕਦਾ. ਮੈਂ ਲੋਕਾਂ 'ਚ ਇੱਕ ਚੀਜ਼ ਨੋਟ ਕੀਤੀ ਹੈ ਕਿ ਕੋਈ ਖੁਸ਼ਹਾਲ ਜੀ ਰਿਹਾ, ਕੋਈ ਦੁੱਖ ਜੀ ਰਿਹਾ, ਉਹਦੀ ਇੱਕ ਆਪਣੀ ਲਾਈਫ ਹੈ. ਅਸੀਂ ਉਹਨੂੰ ਕਿੰਨਾ ਕਿੰਨਾ ਕੁਛ ਕਹਿ ਜਾਂਦੇ ਹਾਂ, ਅਸੀਂ ਸੋਚ ਵੀ ਨਹੀਂ ਸਕਦੇ. ਕਿਸੇ ਦੀ ਕਿੰਨੀ ਦਿਲ ਆਜ਼ਾਰੀ ਕਰ ਜਾਂਦੇ ਹਾਂ, ਸੋਚ ਵੀ ਨਹੀਂ ਸਕਦੇ. ਅਤੇ ਜਿਵੇਂ ਸਾਰੇ ਆਪਣੇ ਮਾਂ ਪਿਓ ਨਾਲ ਗੱਲਾਂ ਕਰਦੇ ਨੇ ਬਹਿ ਕੇ, ਮੈਂ ਵੀ ਇਹੋ ਸੋਚਿਆ ਕਿ ਮੈਂ ਵੀ ਅੱਜ ਜਾ ਕੇ ਅੰਮੀ ਨਾਲ ਗੱਲਾਂ ਕਰਾਂ, ਅੰਮੀ ਨੂੰ ਦੱਸ ਕੇ ਆਵਾਂ ਕਿ ਮਾਂ ਪੁੱਤਰ ਆਇਆ ਸੀ, ਆਇਆ ਇੱਥੇ ਕਬਰਸਤਾਨ. ਮੈਂ ਉਹਨੂੰ ਕਹਿੰਦੀ ਰਹੀ ਹਾਂ ਕਿ ਮੈਨੂੰ ਨਾਲ ਲੈ ਕੇ ਚੱਲ, ਦੋਵੇਂ ਇਕੱਠੇ ਚੱਲਾਂਗੇ, ਪਰ ਉਹ ਮੈਨੂੰ ਨਾਲ ਨਹੀਂ ਲੈ ਕੇ ਆਇਆ. ਉਹਨੇ ਜਾ ਕੇ ਮੈਨੂੰ ਇਹੋ ਗੱਲ ਕਹੀ ਕਿ ਤੈਨੂੰ ਤਾਂ ਵਾਸਤੇ ਨਾਲ ਨਹੀਂ ਲੈ ਕੇ ਆਇਆ, ਕੁਛ ਗੱਲਾਂ ਮਹਿਮਾਨ ਨਾਲ ਕਰਨੀਆਂ ਸਨ ਅਤੇ ਮੈਂ ਇਕੱਲਾ ਹੀ ਕਰਨਾ ਚਾਹੁੰਦਾ ਸਾਂ. ਮੈਂ ਚਾਹੁੰਦਾ ਸਾਂ ਕਿ ਮੇਰੇ ਅੱਥਰੂ ਕੋਈ ਵੀ ਨਾ ਵੇਖੇ, ਅਤੇ ਜੇ ਤੂੰ ਮੇਰੇ ਨਾਲ ਜਾਂਦੀ ਤਾਂ ਤੂੰ ਰੋਣਾ ਸੀ, ਅਤੇ ਮੈਂ ਤੈਨੂੰ ਰੋਂਦੀ ਨੂੰ ਵੇਖ ਨਹੀਂ ਸੀ ਸਕਦਾ. ਅਤੇ ਜਦੋਂ ਉਹਨੇ ਮੈਨੂੰ ਇਹ ਲਫ਼ਜ਼ ਕਹੇ ਨਾ ਕਿ ਤੂੰ ਰੋਣੀ ਹੈ, ਤਾਂ ਮੇਰੇ ਦਿਲ ਨੂੰ ਵੀ ਤਕਲੀਫ਼ ਹੁੰਦੀ ਹੈ. ਅਤੇ ਉਸ ਵਕਤ ਮੈਨੂੰ ਇੱਕ ਗੱਲ ਯਾਦ ਆਈ ਕਿ ਮੇਰੀ ਮਾਂ ਵੀ ਉਹੀ ਲਫ਼ਜ਼ ਕਹਿੰਦੀ ਸੀ ਕਿ ਤੂੰ ਰੋਣੀ ਹੈ ਤਾਂ ਮੇਰੇ ਦਿਲ ਨੂੰ ਤਕਲੀਫ਼ ਹੁੰਦੀ ਹੈ. ਅੱਜ ਮੈਂ ਬੜੇ ਦਿਨਾਂ ਬਾਅਦ ਆਈ, ਮੈਂ ਰੋਜ਼ ਜਿਹੜਾ ਨਾ ਉਹ ਸੋਚਦੀ ਸਾਂ ਅੱਜ ਜਾਵਾਂ ਅੱਜ ਜਾਵਾਂ, ਫਿਰ ਨਹੀਂ ਸਾਂ ਜਾ ਸਕਦੀ. ਮਗਰ ਅੱਜ ਸਾਰੀ ਰਾਤ ਮੈਂ ਇੰਨੀ ਕੁ ਡਿਸਟਰਬ ਹੋਈ ਕਿ ਮੈਂ ਕਿਹਾ ਨਹੀਂ, ਅੱਜ ਮੈਂ ਜ਼ਰੂਰ ਜਾਣਾ ਆਪਣੀ ਮਾਂ ਕੋਲ, ਅਤੇ ਮਾਂ ਨਾਲ ਬਹਿ ਕੇ ਗੱਲਾਂ ਕਰਕੇ ਆਵਾਂਗੀ ਕਿ ਅੰਮੀ ਤੁਹਾਡੇ ਹੁੰਦਿਆਂ ਮੈਂ ਸਾਗ ਨਹੀਂ ਸਾਂ ਪਕਾਉਂਦੀ ਹੁੰਦੀ, ਤੁਸੀਂ ਪਕਾਉਂਦੇ ਸੋ ਮੈਂ ਖਾਂਦੀ ਸਾਂ, ਅੱਜ ਮੈਂ ਸਾਗ ਵੀ ਪਕਾਉਂਦੀ ਹਾਂ. ਅਤੇ ਬੜਾ ਹੀ ਸੋਹਣਾ ਸਾਗ ਪੱਕਿਆ ਹੁੰਦਾ, ਅਤੇ ਦਿਲ ਕਰਦਾ ਹੈ ਕਿ ਮਾਂ ਜਿੰਦੀ ਹੁੰਦੀ ਅਤੇ ਆਪਣੇ ਹੱਥਾਂ ਨਾਲ ਉਹਨੂੰ ਵੀ ਪਕਾ ਕੇ ਖਵਾਉਂਦੀ, ਪਰ ਕੀ ਕਰਾਂ ਮਾਂ,
ਮੈਂ ਅੰਮੀ ਦੇ ਹੁੰਦਿਆਂ ਹਰ ਚੀਜ਼ ਪਕਾ ਲੈਂਦੀ ਸਾਂ, ਮਗਰ ਸਾਗ ਨਹੀਂ ਸੀ ਕਦੀ ਪਕਾਇਆ, ਨਾ ਕਦੀ ਸਾਗ ਪਕਾਇਆ, ਨਾ ਕਦੀ ਅਚਾਰ ਪਾਇਆ। ਅਤੇ ਐਤਕੀ ਅੰਮੀ ਅਚਾਰ ਵੀ ਮੈਂ ਪਾਇਆ, ਕਿਉਂਕਿ ਮੈਨੂੰ ਬਾਜ਼ਾਰ ਦਾ ਅਚਾਰ ਚੰਗਾ ਨਹੀਂ ਲੱਗਦਾ, ਤੁਹਾਡੇ ਵਾਲਾ ਅਚਾਰ ਮੈਨੂੰ ਕਿਧਰੋਂ ਲੱਭਦਾ ਨਹੀਂ ਸੀ। ਇੱਕ ਮਾਂ ਜੀ ਅਚਾਰ ਅਤੇ ਚਟਨੀਆਂ ਬਣਾਉਂਦੇ ਨੇ, ਉਹਨਾਂ ਨੇ ਭੇਜਿਆ ਸੀ, ਬੜਾ ਹੀ ਸੋਹਣਾ ਅਚਾਰ ਸੀ। ਅਤੇ ਖੁਸ਼ਨਸੀਬ ਨੇ ਔਲਾਦਾਂ ਜਿਹੜੇ ਮਾਂ ਬਾਪ ਦਾ ਪੱਕਿਆ ਹੋਇਆ ਖਾਂਦੇ ਨੇ। ਅਤੇ ਅਗਲੇ ਦਿਨ ਮੈਂ ਮੱਛੀ ਪਕਾਈ ਅੰਮੀ, ਮੈਨੂੰ ਉਸ ਦਿਨ ਤੁਹਾਡੀ ਗੱਲ ਪਤਾ ਕਿਹੜੀ ਯਾਦ ਆਈ, ਜਦੋਂ ਮੱਛੀ ਪਕਾਉਣੀ ਆ ਅਤੇ ਅੰਮੀ ਨੇ ਕਹਿਣਾ ਕਿ ਅੱਜ ਮੈਂ ਮੱਛੀ ਖਾਧੀ ਹੈ ਨਾ, ਅੱਜ ਮੇਰੀ ਨਜ਼ਰ ਨਾ ਫਰਾ ਸਹੀ ਹੈ। ਉਹਨਾਂ ਨੂੰ ਇੱਕ ਵਹਿਮ ਹੁੰਦਾ ਸੀ, ਪਰ ਉਹ ਵਹਿਮ ਹੁਣ ਮੈਨੂੰ ਵੀ ਹੋਣ ਲੱਗ ਗਿਆ। ਮੈਂ ਵੀ ਇਹੋ ਸੋਚਿਆ ਕਿ ਮੱਛੀ ਪਕਾਈਏ ਅਤੇ ਅੱਜ ਮੇਰੀ ਵੀ ਨਜ਼ਰ ਠੀਕ ਹੈ, ਅੱਜ ਮੈਨੂੰ ਵੀ ਸਹੀ ਨਜ਼ਰ ਆ ਰਿਹਾ। ਅਤੇ ਉਹ ਜਦੋਂ ਵੀ ਕੋਈ ਚੀਜ਼ ਪਕਾਵਾਂ ਨਾ, ਤਾਂ ਕਦੀ ਇਹ ਨਹੀਂ ਹੋ ਸਕਦਾ ਤੁਹਾਨੂੰ ਭੁੱਲ ਜਾਵਾਂ, ਤੁਸੀਂ ਮੈਨੂੰ ਯਾਦ ਆਉਂਦੇ ਹੋ ਮੇਰੇ ਸਾਹਮਣੇ ਦੇ ਨਾਲ। ਹਰ ਸਾਹ ਦੇ ਨਾਲ ਮੈਂ ਅੱਬੂ ਨੂੰ ਯਾਦ ਕਰਕੇ ਕਿੰਨਾ ਰੋਂਦੀ ਹੁੰਦੀ ਸਾਂ, ਪਰ ਉਹ ਹੁਣ ਇੰਨਾ ਯਾਦ ਹੀ ਨਹੀਂ ਆਉਂਦੇ। ਮਾਂ ਜਦੋਂ ਟੁਰ ਗਈ ਤਾਂ ਪਤਾ ਫਿਰ ਲੱਗਾ ਵੀ ਮਾਂ ਕੀ ਹੈ, ਮਾਂ ਦੇ ਜਿਹਦੇ ਜੀ ਪਤਾ ਨਹੀਂ ਲੱਗਦਾ। ਇੱਕ ਲੋਕਾਂ ਦੀਆਂ ਗੱਲਾਂ ਮਾਰ ਜਾਂਦੀਆਂ ਨੇ, ਕੋਈ ਕੁਛ ਕਹਿ ਦਿੰਦਾ, ਕੋਈ ਕੁਛ ਕਹਿ ਦਿੰਦਾ। ਜਦੋਂ ਵੀ ਅੰਮੀ ਦੀ ਕਬਰ 'ਤੇ ਆਵਾਂ ਨਾ, ਜਿਸ ਦਿਨ ਅੰਮੀ ਮੇਰੇ ਫੌਤ ਹੋਏ ਸਨ, ਅੰਮੀ ਨੇ ਇੱਕ ਫਿਰੋਜ਼ੀ ਰੰਗ ਦਾ ਸੂਟ ਪਾਇਆ ਹੋਇਆ ਸੀ। ਮੈਂ ਜਦੋਂ ਵੀ ਆਉਂਦੀ ਹਾਂ ਨਾ, ਅਤੇ ਮੇਰੇ ਤਸੱਵਰ 'ਚ ਆਉਂਦਾ ਕਿ ਮੇਰੀ ਮਾਂ ਕਬਰ 'ਚ ਬੈਠੀ ਮੈਨੂੰ ਦੇਖ ਰਹੀ ਹੈ, ਉਹੀ ਸੂਟ ਪਾਇਆ ਹੈ, ਕੰਨਾਂ 'ਚ ਵਾਲੀਆਂ ਪਾਈਆਂ ਨੇ, ਅਤੇ ਗਲੇ 'ਚ ਚੇਨ ਅਤੇ ਲੋਕਟ ਪਾਇਆ, ਹੱਥ 'ਚ ਇੱਕ ਅੰਗੂਠੀ ਪਾਈ ਹੈ। ਅਤੇ ਮੇਰੀ ਮਾਂ ਉਹਨਾਂ ਨੂੰ ਇਸ਼ਾਰਾ ਕਰਕੇ ਪੁੱਛਦੀ ਹੈ ਕਿ ਤੂੰ ਠੀਕ ਹੈ। ਮੈਂ ਜਦੋਂ ਵੀ ਆਉਂਦੀ ਹਾਂ ਮੈਨੂੰ ਇਸੇ ਤਰ੍ਹਾਂ ਹੀ ਨਜ਼ਰ ਆਉਂਦਾ, ਮੈਂ ਜਿਵੇਂ ਕਬਰ ਦੇ ਅੰਦਰ ਦੇਖ ਰਹੀ ਹਾਂ। ਅਤੇ ਗੱਲ ਦੱਸਾਂ, ਜਦੋਂ ਅੰਮੀ ਫੌਤ ਹੋਏ ਨਾ, ਅਤੇ ਜਿਹਨੂੰ ਵੀ ਖਾਬ ਵਿੱਚ ਮਿਲਦੇ ਸਨ, ਅਤੇ ਅੰਮੀ ਉਹਨਾਂ ਨੂੰ ਇੱਕੋ ਹੀ ਗੱਲ ਕਰਦੇ ਸਨ ਕਿ ਮੇਰੀ ਫਰਾ ਬਹੁਤ ਰੋਂਦੀ ਹੈ, ਮੇਰੀ ਫਰਾ ਬਹੁਤ ਰੋਂਦੀ ਹੈ। ਅਤੇ ਫਰਾ ਤਾਂ ਹੁਣ ਤੱਕ ਹੀ ਵੀ ਰੋਂਦੀ ਹੈ, ਮੈਨੂੰ ਇੰਝ ਹੀ ਲੱਗਦਾ ਜਿਵੇਂ ਮੇਰੀ ਮਾਂ ਮੈਨੂੰ ਕੱਲ੍ਹ ਹੀ ਛੱਡ ਕੇ ਗਈ ਹੈ। ਇਹ ਨਹੀਂ ਲੱਗਦਾ ਕਿ ਸਦੀਆਂ ਬੀਤ ਗਈਆਂ, ਇਹ ਲੱਗਦਾ ਜਿਵੇਂ ਕੱਲ੍ਹ ਹੀ ਛੱਡ ਕੇ ਮੇਰੇ ਕੋਲ ਮੇਰੀ ਮਾਂ ਬੜੀ ਦੂਰ ਚਲੀ ਗਈ ਹੈ। ਮੇਰੀ ਸਾਲਗਿਰਾ 'ਤੇ ਅੰਮੀ ਖਾਲਾ ਸਫੀਆ ਨੇ ਮੈਨੂੰ ਵੀਡੀਓ ਭੇਜੀ, ਉਹਨਾਂ ਦੀ ਵੀਡੀਓ ਬਣੀ ਹੋਈ ਸੀ, ਉਹਨਾਂ ਨੇ ਮੈਨੂੰ ਬੜੀਆਂ ਦੁਆਵਾਂ ਦਿੱਤੀਆਂ। ਮੈਨੂੰ ਇੰਝ ਲੱਗਦਾ ਸੀ ਕਿ ਜਿਵੇਂ ਮੇਰੀ ਮਾਂ ਦੀ ਦੁਆਵਾਂ ਨੇ ਮੇਰੇ ਨਾਲ। ਫਬੀਆ ਤਾਂ ਵੱਡੀ ਸਾਰੀ ਹੋ ਗਈ ਹੈ, 11 ਸਾਲਾਂ ਦੀ, ਮਾਸ਼ਾਅੱਲਾ। ਤੁਹਾਡਾ ਜਿਹੜਾ ਪੁੱਤਰ ਹੈ ਨਾ, ਤੁਹਾਡਾ ਮਾਸ਼ਾਅੱਲਾ ਬੜਾ ਸੋਹਣਾ ਅੰਮੀ, ਬੜਾ ਮੇਰੇ ਨਾਲ ਪਿਆਰ ਕਰਦਾ, ਬੜੇ ਮੇਰੇ ਨਾਲ ਲਾਡ ਕਰਦਾ। ਮਾਂ ਨੂੰ ਕਹਿੰਦਾ ਪੁੱਪੋ ਕੇ ਘਰ ਚਲੇ, ਪੁੱਪੋ ਕੇ ਘਰ ਚਲੇ। ਕੱਲ੍ਹ ਮੈਨੂੰ ਈਸ਼ਰ ਮਿਲਣ ਵਾਸਤੇ ਆਈ ਸੀ, ਉਹ ਬਾਜ਼ਾਰ ਆਈ ਤਾਂ ਉਹਨੇ ਆਪਣੀ ਮਾਂ ਨੂੰ ਕਿਹਾ ਕਿ ਜਿਹੜਾ ਨਾ ਪੁੱਪੋ ਕੇ ਘਰ ਚਲਤੇ ਆ, ਉਹ ਫਿਰ ਉਹਨੂੰ ਲੈ ਕੇ ਆਈ ਮੇਰੇ ਕੋਲ ਮਿਲਵਾਉਣ ਵਾਸਤੇ ਉਹਨੂੰ। ਅਤੇ ਛੋਟੀ ਜਿਮਲ ਜਿਹੜੀ ਹੈ ਨਾ, ਉਹ ਮੈਨੂੰ ਆਉਂਦੀ ਹੈ ਪੁੱਫੀ, ਉਹ ਮੈਂ ਜਦੋਂ ਜਾਵਾਂ ਨਾ ਸੀ ਰੋਜ਼ ਗਈ ਪੁੱਫੀ ਪੁੱਫੀ, ਉਹ ਐਡੀ ਸੋਹਣੀ ਲੱਗਦੀ ਹੈ ਨਾ ਇੰਝ ਕਹਿੰਦੀ ਹੋਈ। ਅਤੇ ਈਸ਼ਰ ਜਿਹੜੀ ਅੰਮੀ, ਉਹ ਬਿਲਕੁਲ ਤੁਹਾਡੇ ਤਰ੍ਹਾਂ ਹੈ, ਉਹਦੀਆਂ ਆਦਤਾਂ ਵੀ ਮੈਨੂੰ ਕਿਸੇ ਦੀ ਇੰਝ ਲੱਗਦੀਆਂ ਨਾ ਜਿਵੇਂ ਅੰਮੀ ਤਰ੍ਹਾਂ। ਫਬੀਆ ਤਾਂ ਲੱਗਦੀ ਤੁਹਾਡੀ ਸ਼ਕਲ ਹੈ, ਮੈਂ ਤੁਹਾਡੀਆਂ ਪੁਰਾਣੀਆਂ ਸ਼ਾਦੀ ਦੀਆਂ ਜਾਂ ਜਵਾਨੀ ਦੀਆਂ ਤਸਵੀਰਾਂ ਵੇਖਾਂ ਨਾ, ਅਤੇ ਮੈਂ ਆਉਂਦੀ ਹੁੰਦੀ ਹਾਂ ਫਬੀਆ ਤੂੰ ਸਾਰੀ ਆਪਣੀ ਦਾਦੀ ਵਰਗੀ ਹੈ। ਇਹ ਮੇਰੇ ਨਾਲ ਸਿਧਰਾ ਆਈ ਹੈ, ਬੜੀ ਮੇਰੀ ਖਿਦਮਤ ਕਰਦੀ ਹੈ, ਆਪਣੀ ਔਲਾਦ ਤਾਂ ਮੇਰੀ ਨਹੀਂ ਹੈ ਪਰ ਇਹ ਖਿਦਮਤ ਕਰਦੀ ਹੈ, ਅੱਲਾ ਇਹਦੇ ਵੀ ਨੇਕ ਨਸੀਬ ਕਰੇ। ਪਰ ਇੱਕ ਗੱਲ ਸਮਝ ਨਹੀਂ ਆਈ ਮਾਂ ਮੈਨੂੰ, ਮੈਂ ਇਕੱਲੀ ਕਿਉਂ ਹੋ ਗਈ ਮਾਂ, ਮੈਂ ਇਕੱਲੀ ਕਿਉਂ ਹੋ ਗਈ। ਅੱਧੇ ਅੰਮੀ ਮੇਰੀ ਇੱਕ ਯੂਟਿਊਬ ਫੈਮਿਲੀ ਬਣੀ ਹੈ, ਉਹਦੇ 'ਚ ਬੜੇ ਸਾਰੇ ਭੈਣ ਭਰਾ ਨੇ, ਮੈਨੂੰ ਹੌਸਲਾ ਦਿੰਦੇ ਨੇ, ਮੈਨੂੰ ਸਬਰ ਦਿੰਦੇ ਨੇ। ਪਰ ਮਾਂ ਮਰੀ ਠੰਡ ਕੌਣ ਪਾਏ, ਮਾਂ ਮਾਂ ਮਰੀ ਠੰਡ ਤਾਂ ਕੋਈ ਵੀ ਨਹੀਂ ਪਾ ਸਕਦਾ। ਜੋ ਤੁਹਾਨੂੰ ਮੇਰੇ ਚਿਹਰੇ ਤੋਂ ਨਜ਼ਰ ਆਉਂਦਾ ਹੁੰਦਾ ਸੀ ਨਾ, ਕਦੀ ਕੋਈ ਮੈਂ ਤਕਲੀਫ 'ਚ ਹੁੰਦੀ ਸਾਂ, ਤੁਸੀਂ ਮੈਨੂੰ ਵੱਢ ਕਹਿੰਦੇ ਸੋ ਕਿ ਤੂੰ ਪਰੇਸ਼ਾਨ ਹੈ, ਬੜਾ ਤੈਨੂੰ ਕੀ ਹੋਇਆ, ਅੱਜ ਮਾਂ ਕੋਈ ਵੀ ਨਹੀਂ ਪੁੱਛਦਾ। ਮਾਂ ਹੁਣ ਤਾਂ ਕਿਸੇ ਨੂੰ ਗੱਲ ਕਰਨ ਲੱਗੇ ਵੀ ਡਰ ਲੱਗਦਾ ਕਿ ਕੋਈ ਪਤਾ ਨਹੀਂ ਕੀ ਕਹਿ ਜਾਵੇ। ਮੈਂ ਥੱਕ ਗਈ ਹਾਂ ਜ਼ਿੰਦਗੀ ਤੋਂ ਮਾਂ,
ਆਪਣੀ ਕਬਰ ਦੀ ਜਗ੍ਹਾ ਮੈਂ ਨਾਲ ਹੀ ਰਗਵਾਈ ਹੈ। ਜਿੱਥੇ ਵੀ ਕਿੱਥੇ ਪਤਾ ਨਹੀਂ ਕਿੱਥੇ ਅੱਲਾਹ ਨੇ ਮੌਤ ਲਿਖੀ ਹੈ, ਮਗਰ ਮੇਰੀ ਜਿੱਥੇ ਵੀ ਮਰਾਂਗੀ ਇਹੀ ਹੋਈ ਕਿ ਮੈਨੂੰ ਮੇਰੀ ਮਾਂ ਦੇ ਨਾਲ ਦਫ਼ਨ ਕਰਾਂ। ਆਪਣੇ ਪੁੱਤਰ ਵਾਸਤੇ ਢੇਰ ਸਾਰੀਆਂ ਦੁਆਵਾਂ ਕਰਿਆ ਕਰੋ, ਉਹਦੇ ਬੱਚਿਆਂ ਵਾਸਤੇ ਬਹੁਤ ਸਾਰੀਆਂ ਦੁਆਵਾਂ ਕਰਿਆ ਕਰੋ। ਤੁਹਾਡੀ ਨੂੰਹ ਵੀ ਕੁਰਾਨੇ ਪਾਕ ਪੜ੍ਹਦੀ ਹੈ, ਕਹਿੰਦੀ ਹੈ ਖਤਮ ਹੋਏਗਾ ਤਾਂ ਮੈਂ ਪੜ੍ਹ ਕੇ ਅੰਮੀ ਨੂੰ ਬਖਸ਼ਾ। ਸ਼ੁਕਰ ਮੇਰੇ ਮਾਲਕ ਦਾ ਕਿ ਮਾਂ ਅੱਲਾ ਨੇ ਤੁਹਾਨੂੰ ਔਲਾਦ ਦਿੱਤੀ ਸੀ। ਮੈਂ ਤਾਂ ਹਰ ਵੇਲੇ ਦੁਆ ਕਰਨੀ ਹਾਂ, ਹਰ ਸਾਹ ਨਾਲ ਦੁਆ ਕਰਨੀ ਹਾਂ, ਮਾਂ ਯਾ ਅੱਲਾ ਮੇਰੀ ਮਾਂ ਦੀ ਖਬਰਾਂ 'ਤੇ ਸਤਾਰ ਰਹਿਮਤਾਂ ਕਰੀ, ਯਾ ਅੱਲਾ ਮੇਰੀ ਮਾਂ ਦੀ ਖਬਰ ਨੂੰ ਆਪਣੇ ਨੂਰ ਦੀ ਰੋਸ਼ਨੀ ਨਾਲ ਮੁਨੱਵਰ ਕਰੀ, ਯਾ ਅੱਲਾ ਮੇਰੀ ਮਾਂ ਨੂੰ ਉਹਨਾਂ 70,000 ਲੋਕਾਂ 'ਚ ਅਮਰ ਫਰਮਾ ਦੇ ਜੀ, ਬਗੈਰ ਹਿਸਾਬ ਦੇ ਜੰਨਤ 'ਚ ਦਾਖਲ ਹੋਣਗੇ। ਯਾ ਅੱਲਾ ਮੇਰੀ ਮਾਂ ਨੇ ਦੁਨੀਆਂ 'ਤੇ ਬੜੀ ਮਸ਼ੱਕਤ ਕੀਤੀ ਸਾਨੂੰ ਪਾਲਣ ਵਾਸਤੇ, ਯਾ ਅੱਲਾ ਤੂੰ ਸਾਨੂੰ ਅਗਰ ਯਤੀਮ ਕੀਤਾ ਤਾਂ ਮੇਰੀ ਮਾਂ ਨੇ ਸਾਨੂੰ ਯਤੀਮੀ ਦਾ ਅਹਿਸਾਸ ਨਹੀਂ ਹੋਣ ਦਿੱਤਾ। ਯਾ ਅੱਲਾ ਮੇਰੀ ਮਾਂ ਦੀ ਖਬਰ 'ਤੇ ਕਰੋੜਾਂ ਰਹਿਮਤਾਂ ਕਰੀ, ਯਾ ਅੱਲਾ ਮੇਰੀ ਮਾਂ ਦੀ ਖਬਰ ਨੂੰ ਆਪਣੇ ਨੂਰ ਦੀ ਰੋਸ਼ਨੀ ਨਾਲ ਮੁਨੱਵਰ ਫਰਮਾ ਦੇ, ਮੇਰੀ ਮਾਂ ਨੂੰ ਜੰਨਤ ਨੂੰ ਫਿਰ ਦੁਆ ਸਤਾ ਫਰਮਾ ਦੇ, ਮੇਰੀ ਮਾਂ ਦੀ ਕਬਰ ਨੂੰ ਨੂਰੋਂ ਨੂਰ ਰੋਸ਼ਨੀਆਂ ਨਾਲ ਭਰ ਦੇ, ਯਾ ਅੱਲਾ ਮੇਰੀ ਮਾਂ ਦੀ ਕਬਰ ਨੂੰ ਗੁਲਾਬ ਦੇ ਅਤਰ ਨਾਲ ਮਹਿਕਾ ਦੇ, ਮੇਰੀ ਮਾਂ ਦੀ ਕਬਰ 'ਚ ਠੰਡ ਪਾ ਦੇ, ਯਾ ਅੱਲਾ ਮੇਰੀ ਮਾਂ ਦੇ ਦਰਜਾਤ ਬੁਲੰਦ ਫਰਮਾ ਦੇ, ਯਾ ਅੱਲਾ ਮੇਰੀ ਮਾਂ ਦੇ ਸਗੀਰਾ ਕਬੀਰਾ ਗੁਨਾਹ ਮਾਫ ਫਰਮਾ ਦੇ, ਯਾ ਅੱਲਾ ਮੇਰੀ ਮਾਂ ਬੜੀ ਦਰਵੇਲੀ ਸੀ, ਯਾ ਅੱਲਾ ਮੇਰੀ ਮਾਂ ਨੇ ਕਦੇ ਕਿਸੇ ਦਾ ਦਿਲ ਨਹੀਂ ਦੁਖਾਇਆ, ਮੇਰੀ ਮਾਂ ਦਾ ਕਿਸੇ ਨੇ ਦਿਲ ਦੁਖਾਇਆ ਤਾਂ ਮੇਰੀ ਮਾਂ ਨੇ, ਯਾ ਅੱਲਾ ਕਦੇ ਸ਼ਿਕਵਾ ਨਹੀਂ ਸੀ ਕੀਤਾ, ਯਾ ਅੱਲਾ ਮੇਰੀ ਮਾਂ ਦੁਨੀਆਂ ਤੋਂ ਕੁਛ ਨਹੀਂ ਲੈ ਕੇ ਗਈ, ਲੈ ਅਸੀਂ ਵੀ ਨਹੀਂ ਜਾਣਾ, ਪਰ ਮੇਰੀ ਮਾਂ ਨੂੰ ਯਾਰ ਕਬਰ 'ਚ ਰਾਤ ਤਾਂ ਫਰਮਾ ਦੀ, ਯਾ ਅੱਲਾ ਮੇਰੀ ਮਾਂ ਦੀ ਬੱਚਿਆਂ ਨੂੰ ਖੁਸ਼ੀਆਂ ਦੇ, ਮੇਰੀ ਮਾਂ ਜਿਹੜੀ ਉਹ ਕਬਰ 'ਚ ਠੰਡ ਮਹਿਸੂਸ ਕਰੇ, ਯਾ ਅੱਲਾ ਮੇਰੀ ਮਾਂ ਦੇ ਪੁੱਤਰ ਦਾ ਬਖਤ ਬੁਲੰਦ ਕਰੇ, ਯਾ ਅੱਲਾ ਤੇਰੀ ਜ਼ਾਤ ਤੋਂ ਸਿਵਾ ਸਾਡਾ ਕੋਈ ਵੀ ਨਹੀਂ, ਯਾ ਅੱਲਾ ਸਾਡਾ ਕੋਈ ਵੀ ਨਹੀਂ ਤੇਰੇ ਤੋਂ ਸਿਵਾ, ਯਾ ਅੱਲਾ ਯਾਰ ਲਾ ਜੋ ਭੈਣ ਭਰਾ ਮੇਰੇ ਵਾਸਤੇ ਦੁਆ ਕਰਦੇ ਨੇ, ਯਾਰ ਲਾ ਯਾਰ ਲਾ ਉਹਨਾਂ ਦੀ ਉਹਨਾਂ ਤੁਹਾਨੂੰ ਨੇਕ ਬਣਾਈ, ਯਾਰ ਲਾ ਉਹਨਾਂ ਦੇ ਘਰਾਂ 'ਚ ਕਰੋ ਬਰਕਤ ਤਾ ਫਰਮਾਈ, ਯਾਰ ਲਾ ਤੂੰ ਯਤੀਮ ਔਰ ਮਸਕੀਨ ਦੀ ਦੁਆ ਰੱਦ ਨਹੀਂ ਕਰਦਾ, ਯਾਰ ਲਾ ਤੂੰ ਮੇਰੀ ਦੁਆ ਕਬੂਲ ਮਨਜ਼ੂਰ ਫਰਮਾਈ, ਯਾਰ ਲਾ ਮੈਨੂੰ ਆਪਣੇ ਦਰਦ ਦਾ ਮੁਹਤਾਜ ਕਰੀ, ਮੈਨੂੰ ਦਰਦ ਦਾ ਮੁਹਤਾਜ ਨਾ ਕਰੀ, ਮੇਰੇ ਮਾਲਿਕ ਤੂੰ ਰਹਿਮ ਫਰਮਾ ਦੇਈ, ਤੂੰ ਕਰਮ ਫਰਮਾ ਦੇਈ, ਤੂੰ ਸਦਕਾ ਆਪਣੇ ਹਬੀਬ ਦਾ, ਤੂੰ ਸਦਕਾ ਸ਼ਹੀਦਾਂ ਨੇ ਕਰਬਲਾ ਦਾ, ਯਾ ਅੱਲਾ ਤੂੰ ਸਦਕਾ ਨਬੀ ਪਾਕ ਸੱਲ੍ਹਾ ਅਲੈਹਿ ਵਸੱਲਮ ਦੀ ਆਲ ਔਲਾਦ ਦਾ, ਯਾ ਅੱਲਾ ਸਾਡੇ 'ਤੇ ਰਹਿਮ ਕਰ ਦੇ, ਯਾ ਅੱਲਾ ਜੋ ਮੇਰੇ ਨਾਲ ਪਿਆਰ ਮੁਹੱਬਤ ਕਰਨ ਵਾਲੇ ਭੈਣ ਭਰਾ ਨੇ, ਯਾ ਅੱਲਾ ਉਹਨਾਂ ਵਾਸਤੇ ਵੀ ਆਸਾਨੀਆਂ ਪੈਦਾ ਫਰਮਾਈ, ਕੋਈ ਮੁਸ਼ਕਲ 'ਚ ਕੋਈ ਪਰੇਸ਼ਾਨ ਹੈ ਕੋਈ ਬਿਮਾਰ ਹੈ, ਯਾ ਅੱਲਾ ਉਹਨਾਂ ਦੀ ਉਹਨਾਂ ਨੂੰ ਸਿਹਤ ਤੰਦਰੁਸਤੀ ਵਾਲੀ ਜ਼ਿੰਦਗੀ ਦੇਈ, ਯਾ ਅੱਲਾ ਜੋ ਮੇਰੇ ਨਾਲ ਨਹੀਂ ਚੰਗਾ ਬਿਹੇਵ ਕਰਦੇ ਉਹਨਾਂ ਨੂੰ ਨੇਕ ਹਦਾਇਤ ਫਰਮਾਈ, ਪਾਕ ਪਰਵਰਦਿਗਾਰ ਤੂੰ ਫਰਮਾਨਾ ਹੈ ਕਿ ਜੋ ਕਿਸੇ ਦਾ ਦਿਲ ਤੋੜ ਜਾਵੇ ਮੈਂ ਰੋਜ਼ ਕਿਆਮਤ ਜਿਹੜਾ ਵੇ ਉਹਨੂੰ ਉਸ ਵਕਤ ਤੱਕ ਮਾਫ਼ ਨਾ ਕਰਾਂਗਾ ਜਦ ਤੱਕ ਉਹ ਬੰਦਾ ਉਹਨੂੰ ਮਾਫ਼ ਨਾ ਕਰੇ, ਯਾ ਅੱਲਾ ਤੂੰ ਆਪਣੇ ਹਕੂਕ ਦੀ ਮਾਫ਼ੀ ਦੇਣਾ ਵੇ, ਯਾ ਅੱਲਾ ਤੂੰ ਇਨਸਾਨਾਂ ਦੇ ਹਕੂਕ ਦੀ ਮਾਫ਼ੀ ਨਹੀਂ ਦਿੰਦਾ, ਕਿਉਂਕਿ ਦਿਲ ਟੁੱਟਿਆ ਜਿਹੜਾ ਹੁੰਦਾ ਨਾ ਉਹ ਬੰਦੇ ਨੂੰ ਜੀਣ ਨਹੀਂ ਦਿੰਦਾ, ਬੰਦਾ ਕਿਸੇ ਦੀ ਕਹੀ ਹੋਈ ਗੱਲ ਨਾਲ ਜਬ ਜਬ ਰੋਂਦਾ ਹੈ, ਜਬ ਜਬ ਬੰਦਾ ਪਰੇਸ਼ਾਨ ਹੁੰਦਾ ਔਰ ਰੋ ਕੇ ਅੱਲਾ ਦੇ ਅੱਗੇ ਗੁਲਗੁਲਾਉਂਦਾ ਹੈ, ਅਤੇ ਪਾਕ ਪਰਵਰਦਿਗਾਰ ਤੂੰ ਫਿਰ ਖੁਦ ਜਾਣਨਾ ਕਿ ਬੰਦਾ ਕਿੰਨੀ ਤਕਲੀਫ ਨਾਲ ਰੋ ਰਿਹਾ। ਮੈਂ ਬੜੇ ਅਰਸੇ ਬਾਅਦ ਅੱਜ ਆਪਣੀ ਮਾਂ ਦੀ ਕਬਰ 'ਤੇ ਆਈ ਹਾਂ, ਇੱਕ ਦਿਨ ਮੈਂ ਵੀ ਇੱਥੇ ਆ ਜਾਵਾਂਗੀ, ਆ ਸਭ ਨੇ ਜਾਣਾ, ਪਤਾ ਨਹੀਂ ਕੌਣ ਪਹਿਲਾਂ ਅਤੇ ਕੌਣ ਪਿੱਛੇ, ਪਰ ਮੈਨੂੰ ਮੇਰੇ ਪਿਆਰਿਆਂ ਦਾ ਦੁੱਖ ਨਾ ਕਦੀ ਦਿਖਾਈ, ਪਰ ਮੈਨੂੰ ਮੇਰੇ ਪਿਆਰਿਆਂ ਦਾ ਦੁੱਖ ਨਾ ਕਦੀ ਆਵੇ, ਯਾ ਅੱਲਾ ਤੂੰ ਰਹਿਮ ਕਰੀ ਮੇਰੀ ਮਾਂ, ਮੇਰੀ ਮਾਂ ਤਾਂ ਰਹਿਮ ਕਰੀ, ਮੇਰੀ ਮਾਂ ਬੜੀ ਦਰਪੇਸ਼ ਸੀ, ਮੇਰੀ ਮਾਂ ਬੜੀ ਦਰਪੇਸ਼ ਸੀ, ਯਾ ਅੱਲਾ ਮੇਰੀ ਮਾਂ ਦਾ ਖੁੱਲ੍ਹਾ ਰਿਸਕ ਸੀ, ਯਾ ਅੱਲਾ ਮੇਰੀ ਮਾਂ ਤੇਰੇ ਮਖਲੂਕ 'ਚ ਆਪਣਾ ਰਿਸਕ ਬਣਦੀ ਸੀ, ਯਾ ਅੱਲਾ ਕਦੀ ਕਿਸੇ ਨੂੰ ਤਾਨੇ ਨਹੀਂ ਸੀ ਦਿੰਦੀ, ਕਦੀ ਕਿਸੇ ਦਾ ਦਿਲ ਨਹੀਂ ਸੀ ਦੁਖਾਉਂਦੀ, ਬੜੀ ਦਰਵੇਸ਼ ਸੀ, ਯਾ ਅੱਲਾ ਮੇਰੀ ਮਾਂ ਦਾ ਰਹਿਮ ਫਰਮਾ ਦੇ।